ਹਲਕਾ ਵਿਧਾਇਕ ਸ਼੍ਰੀ ਮਦਨ ਲਾਲ ਜਲਾਲਪੁਰ ਨੇ ਅਨਾਜ ਮੰਡੀ ਘਨੌਰ ਵਿਖੇ 5 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਹੈ। ਇਸ ਮੌਕੇ ਉਹਨਾਂ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਦੇ 10 ਸਾਲਾਂ ਦੇ ਸ਼ਾਸਨ ਦੌਰਾਨ ਵਿਕਾਸ ਕਾਰਜਾਂ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਕਸਬਾ ਘਨੌਰ ਵਿਖੇ ਘੁੰਮ ਕੇ ਹੋ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਕਸਬੇ ਵਿੱਚ 3 ਵੱਖ-ਵੱਖ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਉਹਨਾਂ ਅਨਾਜ ਮੰਡੀ ਘਨੌਰ ਵਿੱਚ ਟਰੱਕਾਂ ਦੇ ਖੜਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਆਖਿਆ ਕਿ ਇੱਥੇ ਟਰੱਕ ਵਾਲੇ ਬਿਜਲੀ ਦੇ ਖੰਭਿਆਂ ਅਤੇ ਮੰਡੀ ਦੇ ਸ਼ੈੱਡ ਦਾ ਬਹੁਤ ਨੁਕਸਾਨ ਕਰਦੇ ਨੇ। ਉਹਨਾਂ ਆਖਿਆ ਕਿ ਜੇਕਰ ਹੁਣ ਵੀ ਇੱਥੇ ਟਰੱਕ ਖੜਾਉਣਾ ਜਾਰੀ ਰਿਹਾ ਤਾਂ ਉਹਨਾਂ ਵਿਰੁੱਧ ਸਖਤੀ ਵਰਤੀ ਜਾਵੇਗੀ। ਮੈਂ ਕਹਿੰਦਾ ਪਿਛਲੇ 25 ਸਾਲਾਂ ਤੋਂ ਇਸ ਮੰਡੀ ਵੱਲ ਕਿਸੇ ਨੇ ਝਾਕਿਆ ਹੀ ਨਹੀਂ ਹੈ। ਇੰਨਾ ਮਾੜਾ ਹਾਲ ਸੀ, ਤੁਸੀਂ ਦੇਖ ਲਓ ਕਿੱਡੇ ਕਿੱਡੇ ਟੋਏ ਪਏ ਆ, ਕਿੰਨਾ ਕਿੰਨਾ ਪਾਣੀ ਖੜਦਾ। ਮੈਂ 7-8 ਸਾਲ ਪਹਿਲਾਂ ਮੈਂ ਇੱਥੇ 7-8 ਸਾਲ ਦੀ ਗੱਲ ਆ, ਮੈਂ ਪਹਿਲਾਂ MLA ਸੀ, 8 ਸਾਲ ਹੋ ਗਏ ਇਸ ਗੱਲ ਨੂੰ। ਜਸਮੇਰ ਸਿੰਘ ਲਾਛੜੂ ਉਹਦਾ ਭਰਾ, ਉਹਦੀ ਕਣਕ ਪਾਣੀ 'ਚ ਹੜ ਰਹੀ ਸੀ, ਮੈਨੂੰ ਕਹਿੰਦਾ ਵੀ MLA ਸਾਹਿਬ ਇਹ ਕੀ ਹੋ ਰਿਹਾ ਮੰਡੀ ਦਾ, ਮੈਂ ਤੁਹਾਡੀ ਸਰਕਾਰ ਆ। ਪਰ 10 ਸਾਲ ਅਕਾਲੀਆਂ ਦੀ ਸਰਕਾਰ ਨੇ ਜਿਹੜੇ ਇੱਥੋਂ ਸਾਡੇ ਤੋਂ ਮੰਡੀ ਤੋਂ ਜਿਹੜਾ ਪੈਸਾ ਜਿਹੜਾ ਲੈਂਦੇ ਸੀ, ਜਿਹੜੀ 3% 4% ਜੋ ਵੀ ਲੈਂਦੇ ਸੀ, ਉਹਦੇ 'ਚ ਕੋਈ ਪੈਸਾ ਇਹਨਾਂ ਨੇ ਇੱਥੇ ਨਹੀਂ ਲਾਇਆ। ਪਰ ਹੁਣ ਦੇਖ ਲਓ, ਸਾਡੇ ਅਜੇ 2 ਸਾਲ ਹੋਏ ਆ ਸਰਕਾਰ ਹੋਈ ਨੇ, 2 ਸਾਲ ਹੀ ਪੂਰੇ ਨਹੀਂ ਹੋਏ, 5 ਕਰੋੜ 20 ਲੱਖ ਰੁਪਈਆ ਮੰਡੀ ਦੇ ਲੱਗਣ ਜਾ ਰਿਹਾ, ਜਿਹੜਾ ਅੱਜ ਕੰਮ ਸ਼ੁਰੂ ਹੋ ਰਿਹਾ। ਇੱਥੇ ਕਿੰਨੇ ਸਾਲਾਂ ਦਾ ਸੀਵਰ ਦਾ ਕੰਮ ਰੁਕਿਆ ਹੋਇਆ ਸੀ, ਅੱਜ ਉਹ ਸੀਵਰ ਦਾ ਕੰਮ ਵੀ ਪੈ ਰਿਹਾ। ਇਹ ਜਿਹੜੀ ਪਾਰਕਿੰਗ ਆ, ਜਿਹੜੇ ਫੜ ਪੱਕੇ ਹੋ ਰਹੇ ਆ, ਜਿਹੜੀਆਂ ਸੜਕਾਂ ਜਿਹੜੀਆਂ ਨੀਵੀਆਂ ਸੀ, ਇਹ ਇਹਨਾਂ ਨੂੰ ਉੱਚਾ ਚੱਕ ਰਿਹਾ ਵੀ ਕੱਲ੍ਹ ਨੂੰ ਜਿਵੇਂ ਪਹਿਲਾਂ ਬਰਸਾਤਾਂ ਜਿੱਥੇ ਪਾਣੀ ਖੜ ਕੇ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ, ਕਿਵੇਂ ਕਿਸਾਨ ਫਸਲ ਪਲਦਾ, ਜਦੋਂ ਮੰਡੀ 'ਚ ਵੱਢ ਕੇ ਲਿਆਂਦਾ